ਲੰਬੇ ਸਮੇਂ ਤੋਂ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਉਡੀਕ ਸੀ ਤਾਂ ਜੋ ਧੂਮ-ਧਾਮ ਦੇ ਨਾਲ ਇਹ ਪ੍ਰਕਾਸ਼ ਦਿਹਾੜਾ ਸੰਗਤਾਂ ਗੁਰੂ ਘਰ ਦੇ ਵਿੱਚ ਮਨਾ ਪਉਂਦੀਆਂ ਪਰੰਤੂ ਸਰਕਾਰ ਵੱਲੋਂ ਕਰੋਨਾ ਤੇ ਚੱਲਦੇ ਕੀਤੇ ਗਏ ਲੋਕਡਾਊਨ ਦੇ ਕਾਰਨ ਗੁਰੂ ਘਰਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨਹੀਂ ਪਹੁੰਚ ਪਾਰੀਆਂ ਇਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ ਤਸਵੀਰਾਂ ਗੁਰਦੁਆਰਾ ਸ੍ਰੀ ਪਠਾ ਸਾਹਿਬ ਦੀਆਂ ਨੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 3 ਦਿਨਾ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਕ ਪਾਈ ਜਾ ਰਹੇ ਨੇ ਪਰ ਇੱਥੇ ਸੰਗਤਾਂ ਨਾ ਮਾਤਰ ਹੀ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਸਰਕਾਰ ਦੇ ਵੱਲੋਂ ਕਰੋਨਾ ਦੇ ਕਾਰਨ ਲੋਕਡਾਊਨ ਲਗਾਇਆ ਗਿਆ ਹੈ ਉੱਥੇ ਇਸ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਕਥਾਵਾਚਕ ਪਾਈ ਪਵਿੱਤਰ ਸਿੰਘ ਜੀ ਨੇ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਉੱਥੇ ਸਰਕਾਰਾਂ ਵੱਲੋਂ ਲਗਾਏ ਗਏ ਲੋਕਡਾਊਨ ਨੂੰ ਲੈ ਕੇ ਵੀ ਨੋਸ਼ ਜਿਤਾਇਆ ਆਉਂ ਜਾਂਦੇ ਹਾਂ ਇਸ ਮੌਕੇ ਉਨਾ ਹੋਰ ਕੀ ਕਿਹਾ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਰਬੱਤ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਵਣ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਆਪਾਂ ਗੁਰਦੁਆਰਾ ਸ੍ਰੀ ਪਠਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਇਸ ਵੇਲੇ ਪੈ ਰਹੇ ਨੇ ਜੋ ਅੰਮ੍ਰਿਤ ਵੇਲੇ ਤੋਂ ਸਤ ਸੰਗਤ ਦਾ ਆਉਣਾ ਰੁਟੀਨ ਦੇ ਵਿੱਚ ਬਹੁਤ ਫਰਕ ਆ ਕਿਉਂਕਿ ਸਮੇਂ ਦੀਆਂ ਜੋ ਸਰਕਾਰਾਂ ਦੇ ਵੱਲੋਂ ਕੋਵਿਡ ਕਰੋਨਾ ਵਰਗੀ ਬਿਮਾਰੀ ਦਾ ਸੰਸਾਰ ਵਿੱਚ ਐਸਾ ਭੈਅ ਫੈਲਾਇਆ ਗਿਆ ਜਿਹਦੇ ਕਰਕੇ ਸਰਬੱਤ ਸੰਗਤਾਂ ਨੂੰ ਗੁਰੂ ਘਰ ਵਿੱਚ ਆਉਣ ਦਾ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤੇ ਦੇ ਵਿੱਚ ਉਹਨਾਂ ਨੂੰ ਕਈ ਥਾਵਾਂ ਤੇ ਜੋ ਇੱਕ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਨੇ ਆਪਣਾ ਪ੍ਰਬੰਧ ਕਰਨਾ ਚਲਾਉਣਾ ਹੁੰਦਾ ਹੈ ਪਰ ਉਹਨਾਂ ਨੂੰ ਹਦਾਇਤਾਂ ਦੇ ਉੱਪਰੋਂ ਇਸ ਕਰਕੇ ਸੰਗਤਾਂ ਨੂੰ ਆਉਣ ਵਿੱਚ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਪਰ ਫਿਰ ਵੀ ਵਿਰਲੀਆਂ ਸੰਗਤਾਂ ਜਿਹੜੀਆਂ ਇਸ ਵੇਲੇ ਹੁਣ ਤੋਂ ਕੁਝ ਸਮੇਂ ਤੋਂ ਸੰਗਤ ਦਾ ਆਉਣਾ ਹੋ ਰਿਹਾ ਪਰ ਉਸ ਪੱਧਰ ਤੇ ਨਹੀਂ ਹੈ ਜਿਸ ਪੱਧਰ ਤੇ ਅਸੀਂ ਪਿਛਲੇ ਦਿਹਾੜੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਜਦੋਂ ਕਿ ਅੱਜ 400 ਸਾਲਾ ਪ੍ਰਕਾਸ਼ ਦਿਹਾੜਾ ਇਹ ਮਨੁੱਖ ਦੀ ਜ਼ਿੰਦਗੀ ਵਿੱਚ ਅੱਜ ਦਾ ਦਿਨ ਜਿਹੜਾ ਇਹ ਮੁੜ ਕੇ ਆਣਾ ਕਿ ਨਹੀਂ ਆਉਣਾ ਇਹ ਸਾਨੂੰ ਨਹੀਂ ਪਤਾ ਸਾਡੀਆਂ ਪੀੜ੍ਹੀਆਂ ਨੂੰ ਅੱਗੇ ਪਤਾ ਹੋਵੇਗਾ ਆ ਸਮੇਂ ਦੀਆਂ ਸਰਕਾਰਾਂ ਨੂੰ ਲੋੜ ਸੀ ਕਿ ਗੁਰੂ ਸਾਹਿਬ ਦਾ ਜਿੱਥੇ ਕਰੋਨਾ ਨੂੰ ਮੁੱਖ ਰੱਖਦੇ ਹੋਏ ਪ੍ਰਬੰਧ ਕੁਛ ਐਸੇ ਢੰਗ ਨਾਲ ਹੁੰਦੇ ਕਿ ਸੰਗਤਾਂ ਨੂੰ ਗੁਰੂ ਘਰ ਵਿੱਚ ਆਉਣ ਵਿੱਚ ਕੋਈ ਮੁਸ਼ਕਲ ਨਾ ਹੁੰਦੀ ਆਪਣੇ ਗੁਰੂ ਦਾ ਅੱਜ ਪਾਵਨ ਦਿਹਾੜਾ ਮਨਾਉਂਦੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਪ੍ਰਕਾਸ਼ ਹੋਇਆ ਪਿਤਾ ਸਤਕਾਰ ਜੋ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਮਾਤਾ ਨਾਨਕੀ ਦੇ ਗ੍ਰਹਿ ਵਿੱਚ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੱਥੇ ਪੰਜ ਭਰਾਵਾਂ ਦੇ ਵਿੱਚੋਂ ਇੱਕ ਭੈਣ ਬੀਬੀ ਵੀਰੋ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਵਨ ਗੁਰੂ ਕੇ ਮਹਿਲ ਤੋਂ ਸਤਗੁਰੂ ਮਹਾਰਾਜ ਦਾ ਜੋ ਵਿਆਹ ਦਾ ਕਾਰਜ ਹੁੰਦਾ ਹੈ ਉਹ ਕਰਤਾਰਪੁਰ ਦੀ ਧਰਤੀ ਤੇ ਹੁੰਦਾ ਤੇ ਉਸ ਤੋਂ ਬਾਅਦ ਸਤਗੁਰੂ ਲੰਮਾ ਸਮਾਂ ਬਕਾਲੀ ਦੀ ਧਰਤੀ ਤੇ ਭਗਤੀ ਕਰਦੇ ਆ ਤੇ ਫਿਰ ਮਹਾਰਾਜ ਜਦੋਂ ਬਾਬਸ ਸ੍ਰੀ ਆਨੰਦਪੁਰ ਸਾਹਿਬ ਬਸਾਉਣ ਤੋਂ ਲੈ ਕੇ ਜੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਮਾਤਾ ਨਾਨਕੀ ਦੇ ਨਾਮ ਤੇ ਚੱਕ ਨਾਨਕੀ ਵੀ ਰੱਖਿਆ ਇਸ ਨਗਰ ਦੇ ਦੋ ਪਾਸੜ ਦੱਸੇ ਜਾਂਦੇ ਨੇ ਬਜ਼ੁਰਗਾਂ ਵੱਲੋਂ ਕਿ ਇੱਕ ਪਾਸੇ ਤਾਂ ਜਿਹੜਾ ਕਿ ਰਾਸੀ ਉਹਨੂੰ ਸ੍ਰੀ ਨਾਨਕ ਸ੍ਰੀ ਆਨੰਦਪੁਰ ਸਾਹਿਬ ਤੇ ਇੱਕ ਪਾਸੇ ਚੱਕ ਨਾਨਕੀ ਸ਼ਬਦ ਵਰਤਿਆ ਜਾਂਦਾ ਪਰ ਉਸ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਸਾਰ ਵਿੱਚ ਪ੍ਰਚਲਿਤ ਕਰ ਦਿੱਤਾ ਜਿਹੜਾ ਅੱਜ ਅਸੀਂ ਸ਼੍ਰੀ ਨਾਨਦਪੁਰ ਸਾਹਿਬ ਨਾਲ ਜੁੜਿਆ ਪਾਵਨ ਸਥਾਨ ਤੇ ਸ਼੍ਰੀ ਨਾਨਦਪੁਰ ਸਾਹਿਬ ਤੋਂ ਲੈ ਕੇ ਫਿਰ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਬਿਆਨਤ ਪਿੰਡਾਂ ਵਿੱਚ ਗੁਰੂ ਸਾਹਿਬ ਨੇ ਹਰਿਆਲੀ ਵਾਸਤੇ ਪ੍ਰਬੰਧ ਕੀਤੇ ਆ ਖੂਹ ਲਗਾਉਣ ਦੇ ਪ੍ਰਬੰਧ ਕੀਤੇ ਆ ਮਨੁੱਖਤਾ ਦੀ ਸੇਵਾ ਲਈ ਜਿੱਥੇ ਗੁਰੂ ਕੇ ਲੰਗਰ ਸਾਡੀਆਂ ਜਾਤਾਂ ਪਾਤਨ ਖਤਮ ਕਰੇ ਆ ਉੱਥੇ ਹੀ ਗਰੀਬ ਮਨੁੱਖ ਨੂੰ ਜੀਣੀ ਦਾ ਢੰਗ ਸिखਾਇਆ ਬਰਾਬਰਤਾ ਸिखਾਈਆ ਤੇ ਸ਼੍ਰੀ ਪਟਨਾ ਸਾਹਿਬ ਤੋਂ ਫਿਰ ਅਸਾਮ ਢਾਕਾ ਬੰਗਲਾਦੇਸ਼ ਬਹੁਤ ਆਮਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਰਾਤਿਆਂ ਦੀਆਂ ਸੰਧੀਆਂ ਕਰਾਈਆਂ ਸਮੇਂ ਦੀਆਂ ਕਿਉਂਕਿ ਮਨੁੱਖਤਾ ਨੂੰ ਬਚਾਉਣ ਦੇ ਵਾਸਤੇ ਗੁਰੂ ਤੇਗ ਬਹਾਦਰ ਜੀ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਹ ਤੋਂ ਬਾਅਦ ਪਰਿਵਾਰ ਦੇ ਸਮੇਤ ਸ਼੍ਰੀ ਨਾਨਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਰਿਵਾਰ ਦੇ ਸਮੇਤ ਆਉਂਦੇ ਨੇ ਇਸ ਧਰਤੀ ਤੇ ਆ ਕੇ ਫਿਰ ਮਹਾਰਾਜ ਜਦੋਂ ਥੋੜਾ ਜਿਹਾ ਸਮਾਂ ਹੀ ਆਪਣੇ ਪਰਿਵਾਰ ਵਿੱਚ ਰਹੇ ਆ ਤਾਂ ਪੰਡਿਤ ਕਿਰਪਾ RAM 500 ਜਥਿਆਂ ਦਾ ਲੈ ਕੇ ਔਰੰਗਜ਼ੇਬ ਵੱਲੋਂ ਧਰਮ ਦੇ ਸਤਾਏ ਹੋਏ ਤੇ ਕਤਲੇਆਮ ਕੀਤਾ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆਏ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸੁਪੁੱਤਰ ਜੀ ਸਾਡੀ ਬਾਹ ਫੜ ਕੇ ਸਾਡਾ ਡੁੱਪਦਾ ਜਿਹੜਾ ਧਰਮ ਸਾਡੀ ਮਨੁੱਖਤਾ ਦਾ ਕਹਾਣ ਵਿਦਵਾਨ ਪੰਡਤਾਂ ਦਾ ਹੋ ਰਿਆ ਆਪਸਾਂ ਨੂੰ ਬਚਾਉਣਾ ਕਰੋ ਫਿਰ ਮਹਾਰਾਜ ਇਥੋਂ ਫਿਰ ਸ਼੍ਰੀ ਨਾਨਦਪੁਰ ਸਾਹਿਬ ਤੋਂ ਦਿੱਲੀ ਜਾਣਾ ਆਗਰੇ ਤੋਂ ਜਾ ਕੇ ਮਹਾਰਾਜ ਨੂੰ ਜੇਲ੍ਹ ਦਾ ਭਾਵ ਜਿਹੜਾ ਪਿੰਜਰੇ ਚ ਕੈਦ ਕਰਨਾ ਫਿਰ ਦਿੱਲੀ ਲਿਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਧਰਮ ਬਧਨ ਦੇ ਵਾਸਤੇ ਬਹੁਤ ਸਾਰੇ ਲਾਲਚ ਦੇਣ ਤੇ ਆਖਰ ਵਿੱਚ ਮਹਾਰਾਜ ਨੂੰ ਉੱਥੇ ਫਿਰ ਸ਼ਹੀਦ ਕਰ ਦਿੱਤਾ ਜਾਂਦਾ ਗੁਰੂ ਸਾਹਿਬ ਦਾ ਜਿਹੜਾ ਸੀਸ ਤੇ ਧੜ ਵੱਖਰਾ ਕਰ ਦਿੱਤਾ ਜਾਂਦਾ ਹੈ ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਐਨੇ ਪਰਪਕਾਰ ਸਾਰੀ ਮਨੁੱਖਤਾ ਦੇ ਵਾਸਤੇ ਅੱਜ ਉਸ ਪਰਪਕਾਰਾਂ ਨੂੰ ਯਾਦ ਕਰਨ ਦਾ ਸਮਾਂ ਹੈ ਤੇ ਗੁਰੂ ਸਾਹਿਬ ਦੇ ਵਿਚਾਰਾਂ ਤੇ ਚੱਲ ਕੇ ਆਓ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਗੁਰੂ ਕੇ ਅੰਮ੍ਰਿਤ ਨਾਲ ਜੋੜ ਕੇ ਆਪਣਾ ਜਨਮ ਸਫਲਾ ਕਰਿਏ ਰੁਕਨਗਰ ਤੋਂ ਸਚਨ ਸਿੰਘ ਸੈਣੀ ਦੀ ਰਿਪੋਰਟ ਦੇ ਨਾਲ ਦੀ ਟੀਵੀ ਨਾਰਾਏ